ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਮੈਂ ਔਰ ਮੇਰਾ ਪੰਜਾਬ ਚੈਨਲ ਤਰਫੋਂ ਵੀਰਾਂ ਬੈਣਾ ਬਰਾਵਾ ਸਾਰਿਆਂ ਨੂੰ ਖੁਸ਼ ਆਮਦੀਦ ਕਰਦੇ ਆ ਤੇ ਬਾਅਦ ਕਰ ਸਾਡੇ ਜਾਨਵਰ ਜਿਹੜੇ ਹੈਗੇ ਕੁਝ ਬਿਮਾਰ ਹੋ ਜਾਂਦੇ ਨੇ ਗਿਰ ਜਾਂਦੇ ਨੇ ਤੇ ਉਹਨਾਂ ਨੂੰ ਉਠਾਉਣ ਵਾਸਤੇ ਸਭ ਤੋਂ ਆਸਾਨ ਤਰੀਕਾ ਇਹ ਹੁੰਦਾ ਕਿਉਂਕਿ ਕਾਫੀ ਟਰਾਈ ਕਰਦਾ ਇਨਸਾਨ ਉਹ ਖੁਦ ਤੇ ਜਾਨਵਰ ਉੱਠ ਨਹੀਂ ਰਿਹਾ ਹੁੰਦਾ ਕਿਉਂਕਿ ਵੇਟ ਹੁੰਦਾ ਕਾਫੀ ਸਾਰਾ ਜਾਨਵਰ ਦਾ ਤੇ ਉਠਾਇਆ ਨਹੀਂ ਜਾਂਦਾ ਤੇ ਉਹਦੇ ਵਾਸਤੇ ਚੈਨ ਕੁੱਪੀ ਜੇ ਨੇ ਕਿ ਜਿਹੜੀ ਆ ਬਾਸਕਾ ਮਿਸਤਰੀਆਂ ਮਕੈਨਿਕਾਂ ਕੋਲ ਇਸਤੇਮਾਲ ਹੁੰਦੀ ਚੈਨ ਕੁੱਪੀ ਦਾ ਇਸਤੇਮਾਲ ਕਰਨ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਹਾਂ ਤੇ ਇਸ ਦੇ ਨਾਲ ਗਾਇਬ ਬਹਿ ਗਈ ਸੀ ਤੇ ਉਸ ਨੂੰ ਅਸੀਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁੰਦੇ ਪੈਰ ਡੈਮੇਜ ਹੋ ਗਏ ਸੀ ਬਿਲਕੁਲ ਨਕਾਰ ਹੋ ਗਏ ਸੀ ਲੇਕਿਨ ਥੋੜੀ ਉਹਦੇ ਪੈਰਾਂ ਨੂੰ ਮ사ਜ ਵਗੈਰਾ ਕਰਾਂਗੇ ਲੇਕਿਨ ਇਹ ਜਾਨਵਰ ਜਿਹੜਾ ਹੈ ਲੇਕਿਨ ਉਹ ਅਸਾ ਟਰਾਈ ਕਾਫੀ ਕੀਤੀ ਹੈ ਲੇਕਿਨ ਨਹੀਂ ਯਾਨੀ ਕਿ ਕਾਰਾਮੰਦ ਹੋ ਸਕਿਆ ਇਹ ਸਮਝੋ ਇਸ ਤਰ੍ਹਾਂ ਐਕਸਪਾਇਰੀ ਦਿਖਾਤੇ ਚਲੇਗਾ ਲੇਕਿਨ ਆਸਾਨ ਤਰੀਕਾ ਹੈ ਕਿ ਚੈਨ ਚੈਨ ਕੁੱਪੀ ਦਾ ਇਸਤੇਮਾਲ ਕਰਕੇ ਤੇ ਤੁਸੀਂ ਜਾਨਵਰ ਨੂੰ ਉਠਾ ਸਕਦੇ ਹੋ ਸਭ ਤੋਂ ਆਸਾਨ ਤਰੀਕਾ ਹੈ ਕਿ ਤਾਂ ਕਿ ਜਿਹੜੇ ਜਾਨਵਰ ਬਹਿ ਜਾਂਦੇ ਹੈਗੇ ਉਹਨਾਂ ਵਾਸਤੇ ਬਹੁਤ ਆਸਾਨ ਤਰੀਕਾ ਹੁੰਦਾ ਕਿਉਂਕਿ ਕਾਫੀ weight ਹੁੰਦਾ ਜਾਨਵਰ ਦਾ ਚੱਕਿਆ ਨਹੀਂ ਜਾਂਦਾ ਤੇ ਇਸ ਵਜ੍ਹਾ ਤੋਂ ਕਰਕੇ ਚੈਨ ਕੁੱਪੀ ਜਿਹੜੀ ਹੁੰਦੀ ਹੈ ਬਾਸਕਤ ਗੱਡੀਆਂ ਦੇ ਇੰਜਨ ਵਗੈਰਾ ਮਿਸਤਰੀ ਇਸਤੇਮਾਲ ਕਰਦੇ ਹਨ ਜਿਨਨੂੰ ਖੋਲਣ ਵਾਸਤੇ ਇਹ ਉਹ ਇਸ ਦੀ ਮਦਦ ਨਾਲ ਅਸੀਂ ਇਸਨੂੰ ਉਠਾ ਰਹੇ ਹਾਂ ਤੇ ਹੁਣ ਮ사ਜ ਵੀ ਕਰ ਰਹੇ ਹਾਂ ਇਸ ਦੇ ਨਾਲ ਲekin ਜਾਨਵਰ ਜਿਹੜਾ ਹੈ ਲekin ਫਿਰ ਵੀ ਸਾਡਾ ਯਾਨੀ ਕਿ ਉਸ ਮਿਆਰ ਤੇ ਨਹੀਂ ਹੋਇਆ ਲekin ਆਪਣੀ ਟਰਾਈ ਇਸਾ ਕਾਫੀ ਕੀਤੀ ਲekin मकसद ये कि इस चीज़ में उठाने वास्ते चैन कूपी का इस्तेमाल करना चाहिए जानवर को ताकि आसानी नाल जानवर उठ सके साथ चैनल लाइक शेयर सब्सक्राइब करें इंशाल्लाह अगली वीडियो मिलेंगे अपना ख्याल रखो अपने बच्चों का ख्याल रखो इन्े तक अल्लाफ